पुलिस ने चेक पोस्ट लगाई होती है या जबरदस्ती इनके बेटे को पकड़ते हैं और उसके ऊपर मंचिया का पर्चा डालकर उसको जेल भेज सिविल कपड़िया चे सिविल कपड़िया चे दो मुलाजम से मोटरसाइकिल ते आ रहा इन मुना मोटरसाइकिल तो पिछो फड़ के सानू नहीं पता कित्थे लै गए ने कित्थे नहीं लगाए उन्हू कहंदे सी भी तू नशा बेचना है उन्हें मैं नहीं बेचदा उन्हें है भी मेरा नशे नाल तलक नहीं है उन्हू जबरदस्ती कुट के मना के उन्हू कहंदे बयान कहे किन्नी चरस पाई उरे उन्दे ते कोई तकरीबन 500 ग्राम पा दित्ती 500 ग्राम चरस उरे ते पा असीं उन्हां नूं कहा यार देन दे च कोई बैल नहीं हैगा इहनूं छड्ड दित्ता जाए उन्हें हां नहीं असीं नहीं छड्डना इह कम तों कम तुसीं ना इह कोई लख डेढ़ लख रुपया दिओ कि तुहाडा मुंडा छुट्टेगा कहिंदे जी इहदे ते तां चरस 2 किलो पा के इहदा चलान कर देंगे ते आवेगा ही नहीं। अस्सलाम वालेकुम पाकिस्तान ANN की जानिब से आपका मेज़बान मुताहिर गिल आपकी खिदमत में हाजिर है। मेरे साथ ये शख्स मौजूद हैं इनका बेटा फैक्ट्री से छुट्टी करके घर वापस आ रहा होता है और मामूल के मुताबिक पुलिस ने चेक पोस्ट लगाई होती है या ज़बरदस्ती इनके बेटे को पकड़ते हैं और उसके ऊपर मंचियात का पर्चा डालकर उसको जेल भेज देते हैं। बाकी की तफसीलात क्या है, बेटा क्या करता था, किस रास्ते से पुलिस ने इनके बेटे को गिरफ्तार किया और क्या चार्जेस हैं जो इनके बेटे पर पुलिस ने लगाए हैं, नाजायज़ हैं या जायज़ हैं, तमाम जानते हैं इन्हीं से। अस्सलाम वालेकुम। वालेकुम सर, की नाम है आरफ मसीह। आरफ मसीह सर, की बने हैं, बच्चा की काम करता सी? बच्चा फैक्ट्री से मुलाजम है। की काम है उड़ा फैक्ट्री से? सफाई करता। सफाई करता सी केरी जगह थे? ਉਤੀਆਂ ਚੌਂਕ ਤੋਂ ਅੱਗੇ ਬਖਤਾਵਰ ਹਸਪਤਾਲ ਦੇ ਨਾਲ ਫੈਕਟਰੀ ਚਾਵਲਾਂ ਵਾਲੀ। ਅੱਛਾ, ਉੱਥੇ ਕੰਮ ਕਰਦਾ। ਅੱਛਾ, ਰਿਹਾਇਸ਼ ਕਿੱਥੇ? ਰਿਹਾਇਸ਼ ਫਤਿਹਾਬਾਦ ਗ੍ਰੀਨ ਆਪਣਾ ਬਲਾਲ ਟਾਊਨ ਦੇ ਸਾਹਮਣੇ। ਬਲਾਲ ਟਾਊਨ ਦੇ ਸਾਹਮਣੇ ਘਰ ਵਾਪਿਸ ਆ ਰਿਹਾ ਸੀ ਛੁੱਟੀ ਕਰਕੇ? ਨਹੀਂ, ਕਿਤੋਂ ਪੈਸੇ ਲੈਣ ਗਿਆ ਸੀ, ਐਤਵਾਰ ਦਾ ਦਿਨ ਸੀ, ਮੈਂ ਉਹਦੀ ਫੁੱਫੀ ਕੋਲ ਕੱਲਿਆ ਸੀ, ਥੋੜ੍ਹੇ ਜਿਹੇ ਨੇ 5-7 ਹਜ਼ਾਰ ਰੁਪਈਆ ਉਹਦੇ ਕੋਲੋਂ ਫੜ ਕੇ ਲਿਆ, ਆਪਾਂ ਕਿਸੇ ਦੇ ਦੇਣੇ ਨੇ, ਉਹ ਪੈਸੇ ਲੈ ਕੇ ਵਾਪਸ ਆ ਰਿਹਾ ਸੀ। ਕਿਹੜੀ ਜਗ੍ਹਾ ਤੋਂ ਫੜਿਆ ਪੁਲਿਸ ਨੇ? ਫਤਿਹਾਬਾਦ ਬਾਹਰ LDA ਸਕੀਮ ਦੇ ਵਿੱਚੋਂ ਫੜਿਆ, ਫਤਿਹਾਬਾਦ ਦੇ ਕੋਲੋਂ ਸਾਡੇ ਘਰ ਤੋਂ ਇੰਨੇ ਦੂਰ ਜਿਵੇਂ ਉਹ ਗੇਟ ਹੈ। ਫਿਰ ਫੜ ਕੇ ਉਹਨਾਂ ਦੋ ਮੁਲਾਜ਼ਮ ਸਨ, ਸਿਵਲ ਕੱਪੜਿਆਂ 'ਚ ਸਨ। ਸਿਵਲ ਕੱਪੜਿਆਂ 'ਚ ਦੋ ਮੁਲਾਜ਼ਮ ਸੀ? ਹਾਂਜੀ। ਪੁਲਿਸ ਵਾਲੇ ਸੀ ਜਾਂ ਐਵੇਂ? ਪਤਾ ਨਹੀਂ ਜੀ, ਉਹਨਾਂ ਨੇ ਰੱਖਿਆ ਸੀ ਪੁਲਿਸ ਵਾਲੇ ਆ। ਅੱਛਾ, ਫਿਰ ਇਹਨੂੰ ਸਾਨੂੰ ਪਤਾ ਹੀ ਨਹੀਂ, ਇਕੱਲਾ ਹੀ ਸੀ? ਇਕੱਲਾ ਸੀ, ਮੋਟਰਸਾਈਕਲ 'ਤੇ ਆ ਰਿਹਾ ਸੀ, ਇਹਨੂੰ ਉਹਨਾਂ ਮੋਟਰਸਾਈਕਲ ਤੋਂ ਪਿੱਛੋਂ ਫੜ ਕੇ ਸਾਨੂੰ ਨਹੀਂ ਪਤਾ ਕਿੱਥੇ ਲੈ ਗਏ ਨੇ ਕਿੱਥੇ ਨਹੀਂ ਲਗਾਏ। ਜਿਸ ਵੇਲੇ ਕੋਈ 2-3 ਘੰਟੇ ਉਹਨੂੰ ਕੁੱਟਦੇ ਮਾਰਦੇ ਰਹੇ ਨੇ, ਉਹਨੇ ਤਸ਼ੱਦਦ ਵੀ ਕੀਤਾ ਹੋਵੇਗਾ ਥਾਣੇ 'ਚ ਕੀਤਾ ਜਾਂ ਥਾਣੇ ਤੋਂ ਬਾਹਰ ਵੀ ਕੀਤਾ ਹੈ, ਥਾਣੇ ਵੀ ਕੀਤਾ ਹੋਵੇਗਾ ਸਾਨੂੰ ਨਹੀਂ ਪਤਾ। ਅੱਛਾ, ਜਿਹੜਾ ਬਾਹਰ ਕੀਤਾ ਹੈ ਉਸ ਬੱਚਾ ਉਸ ਵਕਤ ਤਸ਼ੱਦਦ ਕੀਤਾ, ਕੁੱਟ ਕੇ ਜ਼ਬਰਦਸਤੀ ਮਨਾਣਾ। ਕੀ ਮਨਵਾਇਆ ਉਹਦੇ ਕੋਲੋਂ? ਉਹਨੂੰ ਕਹਿੰਦੇ ਸੀ ਵੀ ਤੂੰ ਨਸ਼ਾ ਵੇਚਣਾ ਹੈ, ਉਹਨੇ ਮੈਂ ਨਹੀਂ ਵੇਚਦਾ। ਅੱਛਾ, ਉਹਨੇ ਕਿਹਾ ਵੀ ਮੇਰਾ ਨਸ਼ੇ ਨਾਲ ਤਲਕ ਨਹੀਂ ਹੈ, ਉਹਨੂੰ ਜ਼ਬਰਦਸਤੀ ਕੁੱਟ ਕੇ ਮਨਾ ਕੇ ਉਹਨੂੰ ਕਹਿੰਦੇ ਬਿਆਨ ਕਹੇ। ਕਿੰਨੀ ਚਰਸ ਪਾਈ ਉਹਦੇ ਤੇ? ਉਹਦੇ ਤੇ ਕੋਈ ਤਕਰੀਬਨ 500 ਗ੍ਰਾਮ ਪਾ ਦਿੱਤੀ ਨੇ। 500 ਗ੍ਰਾਮ ਚਰਸ ਉਹਦੇ ਤੇ ਪਾ ਦਿੱਤੀ? ਹਾਂਜੀ। ਬਰਾਮਦ ਕਰਵਾਈ ਉਹਨਾਂ ਨੇ? ਸਾਡੇ ਕੋਲ ਤਾਂ ਸਾਡੇ ਸਾਹਮਣੇ ਬਰਾਮਦ ਨਹੀਂ ਹੋਈ। ਅੱਛਾ, ਤੁਹਾਨੂੰ ਕਿੰਨੇ ਤਲਾ ਦਿੱਤੀ? ਸਾਨੂੰ ਤਲਾ ਇਹਨਾਂ ਨੇ, ਉਹ ਜਿਹੜਾ ਯਸ਼ਵੇ ਨਾਂ ਦਾ ਮੁੰਡਾ ਸੀ ਨਾ, ਉਹਦੇ ਫੋਨ ਤੋਂ ਕਰਵਾਇਆ, ਪੁਲਿਸ ਵਾਲਿਆਂ ਨੇ ਆਪਣੇ ਫੋਨ ਤੋਂ ਫੋਨ ਨਹੀਂ ਕੀਤਾ ਵੀ ਅਸੀਂ ਫਲਾਣੀ ਜਗ੍ਹਾ 'ਤੇ ਗਏ ਹਾਂ ਅਤੇ ਉੱਥੇ ਆਓ ਸਾਡੇ ਕੋਲ। ਠੀਕ ਹੈ। ਜਿਸ ਵੇਲੇ ਅਸੀਂ ਆਕਮ ਚੌਂਕ ਗਏ ਹਾਂ, ਮੁੰਡਾ ਉੱਥੇ ਸੀ, ਅਸੀਂ ਉਹਨਾਂ ਨੂੰ ਕਿਹਾ ਯਾਰ ਦਿਨ ਦੇ 'ਚ ਕੋਈ ਬੈਲ ਨਹੀਂ ਹੈਗਾ, ਇਹਨੂੰ ਛੱਡ ਦਿੱਤਾ ਜਾਏ। ਉਹਨੇ ਕਿਹਾ ਨਹੀਂ, ਅਸੀਂ ਨਹੀਂ ਛੱਡਣਾ, ਇਹ ਕਮ ਤੋਂ ਕਮ ਤੁਸੀਂ ਨਾ ਇਹ ਕੋਈ 1-1.5 ਲੱਖ ਰੁਪਈਆ ਦਿਓਗੇ ਤਾਂ ਤੁਹਾਡਾ ਮੁੰਡਾ ਛੁੱਟੇਗਾ। ਇਸ ਚੀਜ਼ ਦੇ 1-1.5 ਲੱਖ ਦੇਣੇ ਨੇ? ਨਜਾਇਜ਼, ਉਹ ਆਉਂਦੇ ਨਹੀਂ ਜਾਂਦੇ ਤਾਂ ਸ਼ਰਾਬ। ਇਹ ਸਰਕਾਰੀ ਫੀਸ ਹੈ 1-1.5 ਲੱਖ ਰੁਪਇਆ ਕਿ ਉਹ ਪ੍ਰਾਈਵੇਟ ਫੀਸ ਹੈ ਜੀ? ਉਹ ਤਾਂ ਉਹਨਾਂ ਨੂੰ ਪਤਾ ਹੈ, ਉਹ ਮੁਲਾਜ਼ਮਾਂ ਨੂੰ। ਫਿਰ ਛੱਡ ਦੇਣਗੇ? ਨਹੀਂ ਛੱਡਿਆ। 1.5 ਲੱਖ ਦਿੱਤਾ ਤੁਸੀਂ? ਨਹੀਂ। 1.5 ਲੱਖ ਦੋਗੇ, ਮੁੰਡਾ ਛੱਡ ਦੇਣਗੇ ਤੁਹਾਡਾ? ਮੁੰਡੇ ਦੀ ਉਮਰ ਕੀ ਹੈ? ਉਮਰ ਹੈ ਕੋਈ 22 ਸਾਲ ਹੋ ਗਏ। 22 ਸਾਲ ਉਮਰ ਹੈ, ਕਿੰਨੀ ਦੇਰ ਹੋ ਗਈ ਇੱਧਰ ਆਏ ਉਹਨੂੰ? ਆਈ ਤੋਂ ਕੁਝ 5 ਕੁ ਦਿਨ ਹੋ ਗਏ। ਪਹਿਲੇ ਦਾ ਵਾਕਿਆ ਹੈ ਕਿ ਵਾਕਿਆ ਨੂੰ ਵਾਵਾ ਦਿਨ ਵਾਲੇ ਦਿਨ ਦਾ ਵਾਕਿਆ, ਐਤਵਾਰ ਵਾਲੇ ਦਿਨ ਦਾ ਵਾਕਿਆ। ਅੱਛਾ, ਤੇ ਹੁਣ ਤੁਸੀਂ ਇੱਥੇ ਕੀ ਕਿਉਂ ਆਏ ਹੋ? ਉਹਦੀ ਵਕੀਲ ਸਾਹਿਬ ਨੇ ਦੱਸਿਆ ਕਿ ਜ਼ਮਾਨਤ ਕਰਾ ਦਿੱਤੀ ਤੇ ਉੱਥੋਂ ਜਾ ਕੇ ਬੱਚਾ ਲਾਏ ਲੈ ਆ ਜੇ। ਅੱਛਾ, ਜ਼ਮਾਨਤ ਹੋ ਗਈ ਹੈ? ਹਾਂਜੀ। ਕਿੰਨੀ ਦੇਰ ਤੋਂ ਖਲੋਤੇ ਵਾਲੇ? ਤੇ ਅਸੀਂ 6 ਵਜੇ ਦੇ ਆਏ ਹਾਂ। 6 ਵਜੇ ਤੇ ਤੁਸੀਂ ਇੱਧਰ ਆਏ ਹੋ, 7 ਵਜ ਗਿਆ, ਘੰਟਾ ਹੋ ਗਿਆ ਤੁਹਾਨੂੰ ਆਤੇ। ਹਾਂਜੀ, ਤਾਂ ਨਿੱਕੇ ਨਿੱਕੇ ਬੱਚੇ ਵੀ ਨਾਲ ਸਾਡੇ ਲੈ ਕੇ ਅਸੀਂ ਆਏ ਹਾਂ। ਕਿਹੜੇ ਬੱਚੇ ਨੇ ਤੁਹਾਡੇ ਨਾਲ? ਜਿਹੜੇ ਸੁਰੱਖਿਆ 'ਚ ਬੈਠੇ ਉਹ ਤੁਹਾਡੇ ਬੱਚੇ ਹੈਗੇ ਨੇ? ਹਾਂਜੀ, ਉਹ ਪੋਤਰੇ ਨੇ ਮੇਰੇ, ਇੱਕ ਦੋ ਪੋਤਰੇ ਨੇ, ਇੱਕ ਦੋ ਤਰਾ ਹੈ। ਅੱਛਾ, 1-1.5 ਲੱਖ ਮੈਨੂੰ ਸਮਝ ਨਹੀਂ ਆਈ, ਪੁਲਿਸ ਵਾਲੇ ਨੇ ਕਿਸ ਮੰਗਿਆ, ਕਿਸ ਚੀਜ਼ ਦਾ ਹੈਗਾ 1-1.5 ਲੱਖ? ਕਹਿੰਦੇ ਜੀ ਇਹਦੇ ਤੇ ਤਾਂ ਚਰਸ 2 ਕਿਲੋ ਪਾ ਕੇ ਇਹਦਾ ਚਲਾਨ ਕਰ ਦੇਵਾਂਗੇ, ਇਹ ਆਵੇਗਾ ਹੀ ਨਹੀਂ, ਬਾਹਰ ਹੀ ਨਹੀਂ ਆਏ। ਹਾਂਜੀ, ਉਹ ਮੁਕਬਰ ਦੇ ਬਕਾਇਦਾ। ਤੁਸੀਂ ਕੀ ਕਰਦੇ? ਅਸੀਂ ਤਾਂ ਰਕਸ਼ਾ ਚਲਾਉਂਦੇ ਹਾਂ। ਆਪਣਾ ਰਿਕਸ਼ਾ ਹੈ ਤੁਹਾਡਾ? ਹਾਂਜੀ, ਰਕਸ਼ਾ ਆਪਣਾ ਹੈ, ਮਜ਼ਦੂਰੀ ਕਰਕੇ 50-50 ਹਜ਼ਾਰ ਦਾ ਲਿਆ ਸੀ ਅਤੇ ਮਜ਼ਦੂਰੀ ਕਰਕੇ ਖਾ ਰਹੇ ਹਾਂ। ਅਤੇ ਬੱਚੇ ਦੀ ਕਿੰਨੀ ਤਨਖਾਹ ਹੈ, ਸ਼ਾਦੀਸ਼ੁਦਾ ਹੈ ਗੈਰ ਸ਼ਾਦੀਸ਼ੁਦਾ? ਨਹੀਂ, ਉਹਦੀ ਤਨਖਾਹ ਹੈਗੀ 25,000 ਰੁਪਈਆ। ਅੱਛਾ,
ਘਰ ਬੜਾ ਮੁਸ਼ਕਿਲ ਨਾਲ ਚੱਲਦਾ ਬੜਾ ਮੁਸ਼ਕਿਲ ਤੇ ਉਤੋਂ ਇਹ ਵਾਕਿਆ ਹੋ ਗਿਆ ਉਤੋਂ ਇਹ ਵਾਕਿਆ ਹੋ ਗਿਆ ਸੀ ਉਹ ਬੜੀ ਮੁਸ਼ਕਿਲ ਨਾਲ ਇਹ ਕੰਮ ਕਰਕੇ ਤੇ ਨਹੀਂ ਤੁਸੀਂ ਪੁਲਿਸ ਚ ਕਿਹੜਾ ਬੰਦਾ ਹੈਗਾ ਪੁਲਿਸ ਵਾਲੇ ਦਾ ਨਾਮ ਪਤਾ ਜਿਹਨੇ ਲੱਖ ਡੇਢ ਲੱਖ ਮੰਗਿਆ ਤੁਹਾਡੇ ਕੋਲ ਨਹੀਂ ਉਹ ਜਿਹੜਾ ਮੁਕਬਰ ਹੈ ਨਾ ਉਹ ਸਾਨੂੰ ਨਹੀਂ ਸੀ ਪਤਾ ਕਿ ਉਹ ਮੁਕਬਰ ਹੈ ਅੱਛਾ ਉਹ ਸਾਡੀ ਉਹ ਆਂਦਾ ਜੀ ਮੈਂ ਤੁਹਾਡੇ ਤੋਂ ਤੁਹਾਡੇ ਵਾਸਤੇ ਇੱਥੇ ਆਇਆ आपने उन जनाब से पूछा नहीं कि सर ये जो लाख डेढ़ लाख आप मुझसे मांग रहे हैं ये किस चीज़ का मांग रहे हैं उस नंबर से जो फोन कर दे सी मुकबर देते उस नंबर थाने नहीं गए थाने उन्हें जान ही नहीं थाने थाने सानू लै गया है थाने भी लै गया है थाने फिर इन्हें बाल लिया मुंडा उन्हें हजे तो असी नहीं छड़ना अच्छा हूँ तुहानू की लगता है जमानत हो गई है कि एवं वकील ने भी तुहानू लाड़ा लाया नहीं वकील ने क्या भी हो जाएगी वकील साहब आप आए नहीं आप नहीं आए उन्हें क्या भी जाके बच्चे ने लाया मेरे थाने जो पर्चा ग्रीन टाउन थाने ग्रीन टाउन पर्चा आया रहने असी फतेहाबाद हाँ कितना आया भी तकरीबन जो इतों होगा कोई इन्ना जिमें काफ़ी इलाके एल डी इशारे में जानते हैं उतों असी रहने तो तुहानू कि थाना लगता ढाडे इलाके सानू तो लगता ही चूंग नजायज जास्ती किसी नाल नहीं करी दी होंदी जास्ती है बड़ी वड्डी जास्ती है अच्छा जी पहला सवाल तो मेरा पुलिस वालों से है कि वो इन इस मजदूर बंदे से लाख डेढ़ लाख किस चीज का मांग रहे थे क्या वो कोई फीस थी या क्या वो रिश्वत थी जो कि वो इनसे लाख डेढ़ लाख रुपया मांग रहे थे कि हमें लाख डेढ़ लाख दो हम तुम्हारे बच्चे को छोड़ देंगे और बकौल इनके कि उस बच्चे पर नाजायज़ उन्होंने 500 ग्राम चर्स डाली है और इस वक्त वो बंद बच्चा जो है वो अंदर है और वकील साहब कह रहे हैं जी इसकी जमानत हो गई है जाके उस बच्चे को ले आए मेरी आप लोगों से अपील है कि इस तरह नाजायज़ किसी के साथ नहीं करना चाहिए अब ये गरीब बंदा रिक्शा चलाए घर के अखराजात पूरे करे या आप लोगों को लाख डेढ़ लाख आप लोगों की फ़ीस देकर अपने बच्चे को बाइट चुराए वीडियो पसंद आई है शेयर करें मुझे इजाज़त दें अल्लाह हाफिज़